ਦੁਆਰਾ ਕੱਲ ਚੱਲ ਰਹੀ ਹੈ ਵੀ ਕਰੋਨਾ ਦੁਆਰਾ ਆ ਰਿਹਾ ਹੈ ਕਿੰਨੀ ਸਚਾਈ ਇਹਦੇ ਅੰਦਰ ਕਿੰਨੇ ਵੀ ਸੈਂਪਲ ਹੋ ਰਹੇ ਆ ਉਹਦੇ ਵਿੱਚ 1-2% ਜੇ ਪੋਜ਼ਿਟਿਵ ਵੀ ਆ ਰਹੇ ਨੇ ਜਿਹੜੇ ਬਿਸ਼ ਨੂੰ ਇਹ ਫੀਵਰ ਤੇ ਕਫ ਆ ਰਹੀ ਹੈ ਨਾਲ ਠੀਕ ਹੈ ਉਹਨੂੰ ਆਪਾਂ ਟੈਸਟ ਕਰਵਾਉਨੇ ਤੇ ਉਹਦਾ ਜੇ ਉਸ ਤੋਂ ਅੱਗੇ ਹੋਰ ਫਰਦਰ ਇਨਵੈਸਟੀਗੇਸ਼ਨ ਕਰਵਾਉਂਦੇ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਿਰਫ ਇੰਨਾ ਕਿ ਧਿਆਨ ਰੱਖਣਾ ਆਪਾਂ ਭੀੜ ਭੜੱਕੇ ਦੇ ਇਲਾਕੇ ਦੇ ਵਿੱਚ ਮਾਸਕ ਪਾ ਕੇ ਜਾਈਏ ਸਸ਼ੀਕਲ ਜੀ ਦਾ ਅਨਮਿਊਟ ਦੇਖ ਰਿਹਾ ਤੁਸੀਂ ਮੈਂ ਜਗਜੀਤ ਸਿੰਘ ਪੰਜੋਲੀ ਸੋ ਕਰੋਨਾ ਨੂੰ ਲੈ ਕੇ ਸਸਪੈਂਸ ਜਿਹੜਾ ਬਣਿਆ ਹੋਇਆ ਹੈ ਇਹ ਵੀ ਗੱਲ ਆ ਰਹੀ ਹੈ ਕਿ ਕਰੋਨਾ ਦੀ ਲਹਿਰ ਜਿਹੜੀ ਹੈ ਦੁਬਾਰਾ ਆ ਰਹੀ ਹੈ ਸੋ ਕਰੋਨਾ ਦੀ ਲਹਿਰ ਜੇ ਦੁਬਾਰਾ ਆ ਰਹੀ ਹੈ ਤਾਂ ਉਹ ਕਿਹੋ ਜੀ ਲਹਿਰ ਹੈ ਕਿੰਨੇ ਕੁ ਪੇਸ਼ੈਂਟ ਜਿਹੜੇ ਨੇ ਰੋਜ਼ਾਨਾ ਹਸਪੀਟਲ ਦੇ ਅੰਦਰ ਆ ਰਹੇ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਸਿਵਲ ਹਸਪੀਟਲ ਤੋਂ ਡਾਕਟਰ ਰਾਜਵੀਰ ਨੇ ਰਾਜਵੀਰ ਹੋਰੀ ਜਿਹੜੇ ਡਾਕਟਰ ਨੇ ਉਹ ਕਰੋਨਾ ਦੇ ਨੋਡਲ ਅਫਸਰ ਵੀ ਨੇ ਗੱਲਬਾਤ ਕਰਦੇ ਨੇ ਡਾਕਟਰ ਸਾਹਿਬ ਉਹ ਜਿਹੜੀ ਲਹਿਰ ਦੁਆਰਾ ਗੱਲ ਚੱਲ ਰਹੀ ਹੈ ਵੀ ਕਰੋਨਾ ਦੁਆਰਾ ਆ ਰਿਹਾ ਹੈ ਕਿੰਨੀ ਸੱਚਾਈ ਇਹਦੇ ਅੰਦਰ ਸਰ ਐਕਚੁਅਲੀ ਇਹ ਹੈ ਕਿ ਕੁਝ ਪੇਸ਼ੈਂਟਸ ਆ ਰਹੇ ਨੇ ਕਿ ਪਹਿਲਾਂ ਪਿਛਲੇ ਕੁਝ ਟਾਈਮ ਸੀਗਾ ਜਿਹਦੇ ਵਿੱਚ ਸਾਰੇ ਹੀ ਨੈਗੇਟਿਵ ਆ ਰਹੇ ਸੀ ਕੇਸਿਸ ਸੇ ਕੋਈ ਪੋਜ਼ਿਟਿਵਿਟੀ ਰੇਟ ਨਹੀਂ ਸੀਗਾ ਹੁਣ ਥੋੜਾ ਜਿਹਾ ਪੋਜ਼ਿਟਿਵਿਟੀ ਰੇਟ ਆ ਰਿਹਾ ਹੈ ਕੁਝ 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 ਜਿਵੇਂ ਹੁਣ ਆਪਣੇ ਕੋਲ ਜਿਹ ਜਿੰਨੇ ਵੀ ਸੈਂਪਲ ਹੋ ਰਹੇ ਆ ਉਹਦੇ ਵਿੱਚ 1-2% ਜਿਹ ਪੋਜ਼ਿਟਿਵ ਵੀ ਆ ਰਹੇ ਨੇ ਬਟ ਇੰਨਾ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਅ ਬਾਕੀ ਇਹ ਹੈ ਕਿ ਜਿਹੜਾ ਹਰ ਇੱਕ ਨੂੰ ਗਵਰਨਮੈਂਟ ਵੱਲੋਂ ਐਡਵਾਈਜ਼ਰੀ ਵੀ ਇਸ਼ੂ ਹੋਈ ਹੋਈ ਹੈ ਕਿ ਜਿਹੜੇ ਭੀੜ ਭੜਕੇ ਦੇ ਇਲਾਕੇ ਦੇ ਵਿੱਚ ਜਾਣਾ ਜਾਂ ਹੋਰ ਕਿਤੇ ਜਾਣਾ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਨਫੈਮਿਲਿਅਰ এনवायरमेंट ਦੇ ਵਿੱਚ ਹੈਗੇ ਹੋ ਤਾਂ ਆਪਣਾ ਮਾਸਕ ਵਗੈਰਾ ਜ਼ਰੂਰ ਪਾ ਕੇ ਜਾਓ ਠੀਕ ਹੈ ਤੇ ਤੋਂ ਬਾਕੀ ਹੋਰ ਜਿਹੜੇ ਹੈਗੇ ਕਿ ਜੇ ਕਿਸੇ ਨੂੰ ਵੀ ਫੀਵਰ ਆ ਰਿਹਾ ਹੈ ਜਾਂ ਖਾਂਸੀ ਹੋ ਰਹੀ ਹੈ ਜਾਂ ਕੁਝ ਸਾਹ ਦੀ ਪ੍ਰੋਬਲਮ ਆ ਰਹੀ ਹੈ ਤਾਂ ਆਪਣਾ ਕੋਵਿਡ ਦਾ ਟੈਸਟ ਕਰਵਾ ਲਓ ਐਦਾਂ ਸੱਚ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਕਿਸੇ ਨੂੰ ਮੇਨ ਸਿੰਪਟਮ ਕਿਹੜੇ ਆ ਰਹੇ ਆ ਲੋਕਾਂ ਦੇ ਅੰਦਰ ਸਰ ਫੀਵਰ ਹੈ ਜੀ ਤੇ ਕਫ ਵੀ ਆ ਰਹੀ ਹੈ ਜਿਆਦਾ ਹੋ ਰਿਹਾ ਇਸ ਤੋਂ ਵੈਸਲੈਸਨੈਸ ਵਾਲੇ ਇੱਕ ਦੋ ਪੇਸ਼ੈਂਟ ਜਰੂਰ ਆਏ ਨੇ ਬਟ ਇਹ ਹੈ ਕਿ ਉਹਨਾਂ ਦਾ ਕੋਈ ਐਡਾ ਸੀਰੀਅਸ ਇਸ਼ੂ ਨਹੀਂ ਹੈ ਕੋਈ ਕੀ ਰੇਸ਼ਿਓ ਹੈ ਕਦੋਂ ਤੱਕ ਆ ਰਹੇ ਆ ਕਦੋਂ ਤੋ ਲੈ ਕੇ ਆ ਰਹੇ ਨੇ ਸਰ ਮੈਂ ਐਗਜ਼ੈਕਟ ਤੁਹਾਨੂੰ ਜੇ ਡਾਟਾ ਦੇਖ ਕੇ ਫੇਰ ਹੀ ਦੱਸ ਪਾਵਾਂਗਾ ਕਿਉਂਕਿ ਐਸ ਸੱਚ ਜੇ ਦੇਖਾਂਗੇ ਕਿ ਆਪਾਂ ਜਿੰਨੇ ਕੁ ਮੈਂ ਤੁਹਾਨੂੰ ਦੱਸਦਾ ਕਿ ਓਪੀਡੀ ਦੇ ਵਿੱਚ ਕੇਸ ਜਿਹੜੇ ਆ ਰਹੇ ਨੇ ਉਹਨਾਂ ਵਿੱਚੋਂ ਜਿੰਨਾਂ ਦਾ ਅਸੀਂ ਕਰਵਾਨੇ ਆ ਟੈਸਟ ਕਰਵਾਨੇ ਆ ਤਾਂ ਮੋਸਟਲੀ ਨੈਗੇਟਿਵ ਹੀ ਆ ਰਿਹਾ ਕੁਝ ਪੇਸ਼ੈਂਟ ਹੈਗੇ ਜਿਹੜੇ ਇੱਕ ਦੋ ਪੋਜ਼ਿਟਿਵ ਆ ਰਹੇ ਨੇ ਐਸ ਸੱਚ ਜਿਹੜਾ ਸਾਡੇ ਕੋਲ ਪਹਿਲਾਂ ਇੱਕ ਪੇਸ਼ੈਂਟ ਐਡਮਿਟਡ ਸੀਗਾ ਉਹ ਹੀ ਵਾਸ ਫਾਈਨ ਤੇ ਉਹ ਡਿਸਚਾਰਜ ਹੋ ਕੇ ਵੀ ਚਲਾ ਗਿਆ ਬਾਕੀ ਐਸ ਸੱਚ ਨਾ ਹਜੇ ਸਾਡੇ ਕੋਲ ਪੇਸ਼ੈਂਟ ਨਹੀਂ ਹੈ ਕੋਈ ਤੁਸੀਂ ਕੀ ਦੇਖ ਕੇ ਪਹਿਲੇ ਹੀ ਕੋਵਿਡ ਦੀ ਕਦੋਂ ਸੋਚਦੇ ਹੋ ਵੀ ਕੋਵਿਡ ਟੈਸਟ ਕਰਾਉਣਾ ਚਾਹੀਦਾ ਹੈ ਜਾਂ ਕਰਨਾ ਚਾਹੀਦਾ ਸਰ ਜਦੋਂ ਮੈਂ ਤੁਹਾਨੂੰ ਜਿਵੇਂ ਆਖਿਆ ਹੈਗਾ ਕਿ ਜਿਹੜੇ ਬੇਨੋਈ ਫੀਵਰ ਤੇ ਕਫ ਆ ਰਹੀ ਹੈ ਨਾਲ ਠੀਕ ਹੈ ਉਹਨਾਂ ਨੂੰ ਆਪਾਂ ਟੈਸਟ ਕਰਵਾਉਨੇ ਤੇ ਉਹਦਾ ਜੇ ਉਸ ਤੋਂ ਅੱਗੇ ਹੋਰ ਫਰਦਰ ਇਨਵੈਸਟੀਗੇਸ਼ਨ ਕਰਵਾਉਂਦੇ ਸਰ ਲੋਕਾਂ ਨੂੰ ਸਹਿਮ ਦੀ ਲੋੜ ਨਹੀਂ ਹੈਗੀ ਡਰਨ ਦੀ ਲੋੜ ਨਹੀਂ ਤੇ ਕੀ ਪਰਹੇਜ਼ ਕੀ ਦੱਸੂਗੀ ਸਰ ਉਹ ਹੀ ਜੋ ਪਹਿਲੇ ਗੱਲ ਹੈ ਕਿ ਕੋਈ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਹੈ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਿਰਫ ਇੰਨਾ ਕਿ ਧਿਆਨ ਰੱਖਣਾ ਆਪਾਂ ਭੀੜ ਭੜਕੇ ਦੇ ਇਲਾਕੇ ਦੇ ਵਿੱਚ ਮਾਸਕ ਪਾ ਕੇ ਜਾਈਏ ਤੇ ਆਪਣਾ ਪਰਹੇਜ਼ ਰੱਖੀਏ ਜਿੱਥੇ ਤੁਹਾਨੂੰ ਲੱਗਦਾ ਕਿ ਜਿਹੜੇ ਬੰਦੇ ਨੂੰ ਤੁਹਾਨੂੰ ਲੱਗਦਾ ਕਿ ਪ੍ਰੋਬਲਮ ਹੋ ਸਕਦੀ ਹੈ ਉਸ ਤੋਂ ਥੋੜੀ ਦੂਰੀ ਬਣਾ ਕੇ ਰੱਖੀਏ ਸਿਹਤ ਵਿਭਾਗ ਵੱਲੋਂ ਕੋਈ ਪ੍ਰਬੰਧ ਪੁਖਤਾ ਪ੍ਰਬੰਧ ਹਸਪਤਾਲ ਦੇ ਅੰਦਰ ਕੀਤੇ ਹੋਏ ਆ ਸਰ ਸਾਡੇ ਪਿੱਛੇ ਪੂਰੇ ਕੈਬਨ ਬਣੇ ਹੋਏ ਨੇ ਮਤਲਬ ਕਿ ਪੂਰਾ ਇੱਕ ਸੈਟਅਪ ਤਿਆਰ ਕੀਤਾ ਜਿਹੜਾ ਆਈਸੋਲੇਸ਼ਨ ਵਾਰਡ ਵੀ ਤਿਆਰ ਆ ਆਈਸੋਲੇਸ਼ਨ ਵਾਰਡ ਦੇ ਵਿੱਚ ਵੀ ਅਸੀਂ ਪੂਰੇ ਬੈੱਡ ਲਾਏ ਹੋਏ ਨੇ ਇਂਤਜ਼ਾਮ ਸਾਡੇ ਸਾਰੇ ਪੂਰੇ ਨੇ ਜੀ ਥੈਂਕ ਯੂ ਔਰ ਸੋ ਇਸੇ ਕਿ ਡਾਕਟਰ ਰਾਜਵੀਰ ਜਿਨ੍ਹਾਂ ਦੇ ਨਾਲ ਕਰੋਨਾ ਦੇ ਬਾਬਤ ਗੱਲਬਾਤ ਕੀਤੀ ਉਹ ਉਹਨਾਂ ਦਾ ਕਹਿਣਾ ਹੈਗਾ ਕਿ ਕਰੋਨਾ ਨੂੰ ਲੈ ਕੇ ਜਿਸ ਤਰੀਕੇ ਦੀ ਆਮ ਪਰਹੇਜ਼ ਕਰਨ ਦੀ ਲੋੜ ਹੈਗੀ ਹੈ ਰਸ਼ ਦੇ ਜਿੱਥੇ ਰਸ਼ ਹੈਗਾ ਉੱਥੇ ਥੋੜਾ ਜਿਹਾ ਪਰਹੇਜ਼ ਰੱਖ ਕੇ ਮਾਸਕ ਵਗੈਰਾ ਪਾ ਕੇ ਜਾਣ ਦੀ ਲੋੜ ਹੈ ਤੇ ਉਸ ਤਰੀਕੇ ਨਾਲ ਇਹਨਾਂ ਨੇ ਆਪਣਾ ਪੱਖ ਜਿਹੜਾ ਰੱਖਿਆ ਕਿ ਕਿਵੇਂ ਕੋਵਿਡ ਦੇ ਜਿਹੜੇ ਪੇਸ਼ੈਂਟ ਆ ਰਹੇ ਨੇ ਤੇ ਇਹਨੂੰ ਪਰਹੇਜ਼ ਦੇ ਨਾਲ ਹੀ ਜਿਹੜਾ ਉਹ ਦੂਰ ਕੀਤਾ ਜਾ ਸਕਦਾ ਸੋ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਗੁਰਸਿਮਰਨ ਦੇ ਨਾਲ ਜਗਜੀਤ ਸਿੰਘ ਪੰਜੋਲੀ ਧੰਨਵਾਦ